ਅਸਲਾਮੁਅਲੈਕੁਮ। ਵਾਲੇਕੁਮ ਅਸਲਾਮ। ਕੀ ਨਾਮ ਹੈ ਸਰ? ਇਜਾਜ਼। ਅੱਛਾ, ਇਹ ਕਿਹੜੀ ਨਸਲ ਦਾ ਮਾਲ ਲੈ ਕੇ ਆਏ ਹੋ? ਬਾਈ ਨੀਲੀ ਦਾ। ਸਾਰਾ ਨੀਲੀ? ਕਿੰਨੇ ਜਾਨਵਰ ਲੈ ਕੇ ਆਏ ਸੀ? ਬਾਈ ਜਾਨਵਰ 30 ਲਿਆਂਦਾ, ਬਾਕੀ ਵੇਖ ਗਏ ਨੇ ਥੋੜ੍ਹੇ ਖੋਤੇ ਨੇ। ਇਹੀ ਖੜੇ ਨੇ? ਹਾਂਜੀ, ਇਹੀ ਖੋਤੇ ਨੇ। ਸਹੀ, ਠੀਕ ਹੋ ਗਿਆ। ਅੱਛਾ, ਇਹ ਜੋੜੀ ਦਾ ਕੀ ਮੰਗ ਰਹੇ ਹੋ ਜੀ? ਆ ਫਸਟ ਤੇ ਖੜੀ ਹੈ। ਇਹ ਜੋੜੀ ਦਾ ਬਾਈ ਮੰਗਦੇ 80,000, ਜਿੱਥੇ ਕੋਈ ਠਹਿਰ ਜਾਵੇ ਉੱਥੇ ਦੇ ਦੇਣੇ ਆ। ਅੱਛਾ, ਜਿੱਥੇ ਬਾਰਿਸ਼ ਆ ਜਾਣੀ। ਜਿੱਥੇ ਕਿੱਥੇ ਗਵਾਰਾ ਹੈਗਾ? ਗਵਾਰਾ ਬਣ ਜਾਣਾ 70,000 ਦਾ ਬਾਈ। 70,000 'ਚ ਗਵਾਰਾ ਬਣ ਜਾਏਗਾ। ਸਹੀ, ਕਿਆ ਅੱਖਾਂ ਦੀਆਂ ਮੀਚਣ ਦੀ ਹੈ? ਕਿਹਨੂੰ ਖੈਰ ਸੌ ਰਹੀ ਹੈ? ਉਹ ਭਰਾਵਾ ਨਿੰਦਰ ਕਰ ਰਹੀ, ਥੱਕੀ ਹੋਈ ਹੈ। ਅੱਛਾ, ਨਿੰਦਰ ਆਪਾਂ ਨਿੰਦਰ ਆਉਂਦੀ ਨਾ ਨਹੀਂ ਨਿੰਦਰ। ਇਹ ਜੋੜੀ ਦਾ ਕੀ ਮੰਗ ਰਿਹਾ? ਪਰਲੀ ਜੋੜੀ ਦਾ? ਪਹਿਲੀ ਜੋੜੀ ਦਾ ਅਸੀਂ ਮੰਗ ਰਹੇ ਹਾਂ ਸਰ 75,000 ਦੀ ਵੇਚਣੀਆਂ ਨੇ। ਅੱਛਾ, 75,000 ਦੀ ਦਿਓਗੇ? ਮੇਰੀ ਮੋਗੇ ਨਾ ਕਿਤੇ। ਅੱਜ ਮੰਡੀ ਤੇਜ਼ ਆ ਪਿਛਲੇ ਹਫ਼ਤੇ ਨਾਲੋਂ? ਨਹੀਂ ਨਹੀਂ, ਠੀਕ ਹੈ, ਸ਼ੁਕਰ ਅਲਹਮਦੁਲਿਲਾ ਉਹਦੀ ਰੱਬ ਦੀ ਪਈ। ਅੱਛਾ, ਅੱਜ ਮੰਡੀ ਠੀਕ ਹੈਗੀ ਹੈ। ਸਹੀ, ਇਸ ਸਾਈਡ ਤੇ ਆਇਓ ਜ਼ਰਾ। ਉਹ ਥਾਵਾਂ ਯਾਰ ਕੱਟੀ ਬੈਠੇ ਰਹਿੰਦੇ ਜਾਨਵਰ, ਬੈਠੇ ਰਹਿਣ ਦੋ, ਬੈਠੇ ਥੱਕੇ ਨੇ, ਬੈਠੇ ਰਹਿਣ ਦੋ, ਬਸ ਬੈਠੇ ਰਹਿਣ ਦੋ। ਕੋਈ ਨਹੀਂ ਯਾਰ, ਅਸੀਂ ਆਪਣੇ ਵਾਸਤੇ ਫੋਟੋ ਨਜ਼ਰ ਦੇਣ ਵਾਸਤੇ ਮੁਕਾਮੀ ਨੇ ਔਰ ਇਸੇ ਬੁੱਧ ਤੇ ਆਉਂਦੇ ਨੇ ਇੱਥੇ, ਔਰ ਹਰ ਬੁੱਧ ਦੇ ਮੰਡੀ ਲੱਗਦੀ ਆ ਲੁੱਡਣ ਦੇ ਵਿੱਚ, ਜ਼ਿਲ੍ਹਾ ਵਿਹਾੜੀ ਦੇ ਵਿੱਚ। ਅਗਰ ਕਿਸੇ ਦੋਸਤ ਨੇ ਇਹਨਾਂ ਨੂੰ ਨੀਲੀ ਰਾਵੀ ਦੀ ਕੱਟੀਆਂ ਦੀਆਂ ਕੱਟੇ ਵੀ ਹੁੰਦੇ ਨੇ? ਨਹੀਂ, ਕੱਟੇ ਸਾਡੇ ਕੋਲ ਕੱਟੀਆਂ ਹੁੰਦੀਆਂ। ਅੱਛਾ, ਕੱਟੀਆਂ ਹੁੰਦੀਆਂ ਨੇ, ਔਰ ਕੱਟੀ ਅਗਰ ਕਿਸੇ ਨੂੰ ਚਾਹੀਦੀ ਹੋਣ ਫਾਰਮ ਵਾਸਤੇ ਜਾਂ ਵੈਸੇ, ਉਹਦੇ ਨਾਲ ਫੋਨ ਕਰ ਸਕਦਾ। ਆਪਣਾ ਨੰਬਰ ਬੋਲੋ। 0301-422-7869। 0301-422-7869। 422-7869, ਠੀਕ ਹੋ ਗਿਆ ਸਰ, ਬੜੀ ਮਿਹਰਬਾਨੀ, ਸ਼ੁਕਰੀਆ। ਇਹ ਦੋਸਤੋ, ਇੱਕ ਹੋਰ ਤੁਹਾਨੂੰ ਦਿਖਾ ਰਹੇ ਹਾਂ ਜ਼ਰਾ, ਅਤੇ ਗੱਲ ਕਰਦੇ ਹਾਂ, ਰੇਟ ਪੁੱਛਦੇ ਹਾਂ। ਅਸਲਾਮ ਵਾਲੇਕੁਮ ਸਰ। ਨਾਮ ਕੀ ਆਪਣਾ? ਮੁਹੰਮਦ ਹੁਸੈਨ। ਰੋਲਾ ਨਹੀਂ ਪਾਇਆ। ਅੱਛਾ ਸਰ, ਇਹ ਜੋੜੀ ਦਾ ਕੀ ਮੰਗ ਰਹੇ? ਕਿੰਨਾ ਲੱਗੇ ਪੈਸੇ? 160 ਮੰਗ ਰਹੇ, 155। ਅੱਛਾ, 160, 1,60,000 ਰੁਪਏ ਜੋੜੀ ਦਾ। ਤੇ ਉਮਰ ਕਿੰਨੀ ਇਹਨਾਂ ਦੀ, ਕੋਈ ਅੰਦਾਜ਼ਾ ਹੈ? ਨਸਲ ਕਿਹੜੀ ਹੈ? ਤੇ ਲੈ ਕੇ ਕਿਹੜੀ ਜਗ੍ਹਾ ਤੋਂ ਆਏ ਨੇ? ਬਹਾਵਲਪੁਰ ਦੀ ਮੰਡੀ? ਕਿਸ ਦਿਨ ਲੱਗਦੀ? ਨਹੀਂ, ਕਿਸ ਦਿਨ ਲੱਗਦੀ? ਮੰਗਲ ਨੂੰ। ਸਹੀ, ਇਹ ਵੀ ਤੁਹਾਡੀਆਂ ਦੋ? ਅੱਛਾ, ਐਸ ਜੋੜੀ ਦਾ ਕੀ ਮੰਗ ਰਹੇ? 1,80,000 ਰੁਪਏ ਤੇ ਲੱਗਿਆ ਕਿੰਨਾ ਇਹਨਾਂ ਦਾ? ਬੜਾ ਫਰਕ ਆ ਰਿਹਾ। ਤੇ ਕਿੱਥੇ ਕਿੱਥੇ ਕਰ ਦੇਣੀਆਂ ਨੇ? ਨੰਬਰ ਦੇਣਾ ਚਾਹੁੰਦੇ ਤੁਸੀਂ ਆਪਣਾ? ਕੋਈ ਦੋਸਤ ਅਗਰ ਲੈਣਾ ਚਾਹੇ ਫੋਨ ਕਰਕੇ ਦਿਓ ਨਾ। ਵਟਸਐਪ ਹੈ ਤੁਹਾਡੇ ਕੋਲ? ਨੰਬਰ ਦਿਓ ਆਪਣਾ। 0305। ਹਾਂਜੀ, 36 ਪੰਜਾਬੀ 'ਚ ਬੋਲ ਦਿਓ, ਕੋਈ ਰੌਲਾ ਨਹੀਂ। 0305-36-58। ਠੀਕ ਹੋ ਗਿਆ, ਬੜੀ ਮਿਹਰਬਾਨੀ ਸਰ। ਠੀਕ ਹੋ ਗਿਆ, ਠੀਕ ਹੋ ਗਿਆ। ਉਹਨਾਂ ਨੂੰ ਦੱਸ ਵੀ ਦੇਣਾ, ਉਹਨੂੰ ਕਾਲਾਂ ਵੀ ਆਉਣੀਆਂ। ਓਕੇ ਜੀ। ਇਹ ਦੋਸਤੋ, ਐਂ ਇੱਕ ਜਗ੍ਹਾ 'ਤੇ ਇਹਨਾਂ ਦੇ ਕੋਲ ਹੈ ਨੇ ਇੱਕ ਬੈਂਸ। ਸਰ, ਇਹ ਨਸਲ ਕਿਹੜੀ ਹੈ? ਇਹ ਨਸਲ ਕਿਹੜੀ ਹੈ? ਨੀਲੀ ਰਾਵੀ। ਇਹਦੇ ਵਿੱਚ ਬੋਲੋ ਜ਼ਰਾ। ਅੱਛਾ, ਨੀਲੀ ਰਾਵੀ ਦੀ ਆ ਜੀ? ਨੀਲੀ ਰਾਵੀ ਦੀ। ਹਾਂਜੀ। ਉਮਰ ਕਿੰਨੀ ਕੰਮ ਅੱਜ ਦੀ? ਪਹਿਲੇ ਆ। ਪਹਿਲੇ ਨਾ? ਹਾਂਜੀ। ਆ ਪਿੱਛੇ ਕੱਟਾ ਕਿ ਕੱਟੀ? ਕੱਟਾ। ਅੱਛਾ, ਪਿੱਛੇ ਕੱਟਾ। ਹਾਂਜੀ। ਕਦੋਂ ਦੀ ਸੂਈ ਹੋਈ ਹੈ? ਹੋਈ 10 ਦਿਨਾਂ ਦੀ। 10 ਦਿਨ ਦੀ? ਦੁੱਧ ਕਿੰਨਾ ਦੇ ਰਹੀ ਹੈ? ਦੁੱਧ ਹੈਗਾ 7 ਕਿਲੋ ਬਾਈ, ਬੱਚੇ ਨੂੰ ਛੱਡ ਕੇ। ਨਹੀਂ ਜੀ, ਦੋਨਾਂ ਟਾਈਮਾਂ ਦਾ, ਬੱਚੇ ਨੂੰ ਛੱਡ ਕੇ। ਅੱਛਾ, ਬੱਚੇ ਨੂੰ ਛੱਡ ਕੇ, ਛੋਟੇ ਬੱਚੇ ਨੂੰ ਤੇ 7 ਕਿਲੋ ਦੁੱਧ ਹੈ? ਹਾਂਜੀ ਹਾਂਜੀ। ਠੀਕ ਹੋ ਗਿਆ। ਤੇ ਕੀ ਮੰਗ ਰਹੇ ਤੁਸੀਂ ਇਹਦਾ? ਮੰਗਦੇ ਕੀ ਪਏ ਪੈਸੇ? 1,60,000। 1,60,000 ਕੋ ਲੱਗੇਗਾ? ਲੱਗੇ ਆ। ਲਾ ਰਹੇ ਪੂਰੇ ਪੈਸੇ ਕਿ ਨਹੀਂ? ਯਾਰ ਨਹੀਂ ਨਾ, ਪੂਰੇ ਲੱਗਦੇ ਫਿਰ ਪਾ ਕੇ ਚੱਲੇ ਆ। ਕਿੰਨਾ ਕੁ ਫਰਕ ਆ ਰਿਹਾ? ਫਰਕ ਤਾਂ ਯਾਰ ਬਥੇਰਾ ਹੈ, ਫਰਕ ਤਾਂ 20,000 ਰੁਪਈਏ ਦਾ ਪਾਈ ਜਾਂਦੇ ਹੈ। ਅੱਛਾ, 1,40,000 ਤੱਕ ਲੱਗਦਾ? ਹਾਂਜੀ। ਫਾਈਨਲ ਤੁਹਾਡਾ ਕਿੱਥੇ ਕਿੱਥੇ ਰਜ਼ੇਨ ਹੈ? ਅਸੀਂ ਤਾਂ ਕਿਹਾ ਸੀ ਚਲੋ 45-45 ਦੇ ਦਿਆਂਗੇ। ਇੱਕ ਹੀ ਜਾਨਵਰ ਘਰ ਦਾ ਲੈ ਕੇ? ਹਾਂਜੀ, ਇੱਕੋ ਹੀ ਘਰ ਦਾ। ਚਲੋ ਠੀਕ ਹੋ ਗਿਆ ਸਰ, ਬੜੀ ਮਿਹਰਬਾਨੀ, ਸ਼ੁਕਰੀਆ।